ਕਰ ਦੀ ਫੜੀ ਗਈ ਔਰਤ। ਦਰਵਾਜ਼ੇ ਅੱਗੇ ਰੱਖ ਰਹੀ ਸੀ ਟੋਟਕੇ ਦਾ ਸਮਾਨ। ਗਲੀ ਚ ਰੱਜ ਕੇ ਹੋਇਆ ਹੰਗਾਮਾ। ਹੰਗਾਮੇ ਦੀਆਂ ਤਸਵੀਰਾਂ ਇੱਕ ਗਲੀ ਦੀਆਂ ਨੇ ਜਿੱਥੇ ਇੱਕ ਔਰਤ ਦੇ ਵੱਲੋਂ ਕਿਸੇ ਘਰ ਦੇ ਬਾਹਰ ਟੂਣਾ ਟੋਟਕਾ ਕੀਤਾ ਜਾ ਰਿਹਾ ਸੀ ਤੇ ਲੋਕਾਂ ਨੇ ਉਸ ਨੂੰ ਵੇਖ ਲਿਆ। ਇਸ ਦੀ ਇੱਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਜੋ ਕਿ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਔਰਤ ਘਰ ਦੇ ਬਾਹਰ ਕੁਝ ਸਮਾਨ ਰੱਖਦੀ ਹੋਈ ਨਜ਼ਰ ਆਈ ਹੈ। ਇਲਜ਼ਾਮ ਲੱਗ ਰਹੇ ਨੇ ਕਿ ਇਸ ਔਰਤ ਦੇ ਵੱਲੋਂ ਟੂਣਾ ਟੋਟਕਾ ਕੀਤਾ ਗਿਆ ਹੈ, ਜਿਸ ਤੇ ਉਹਨਾਂ ਘਰ ਦੇ ਮੈਂਬਰਾਂ ਨੇ ਵੀ ਇਤਰਾਜ਼ ਜਤਾਇਆ ਹੈ। ਜਿਸ ਘਰ ਦੇ ਬਾਹਰ ਇਹ ਸਮਾਨ ਰੱਖਿਆ ਗਿਆ ਉਸ ਪਰਿਵਾਰ ਨੇ ਵੀ ਇਸ ਔਰਤ ਦੇ ਨਾਲ ਬਹਿਸ ਕੀਤੀ ਤੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਕਿ ਅਜਿਹੇ ਕੰਮ ਨਾ ਕੀਤੇ ਜਾਣ। ਹਾਲਾਂਕਿ ਔਰਤ ਦੇ ਵੱਲੋਂ ਵੀ ਆਪਣੀ ਸਫਾਈ ਰੱਖੀ ਗਈ ਹੈ ਕਿ ਉਸਦੇ ਵੱਲੋਂ ਕੁਝ ਵੀ ਅਜਿਹਾ ਨਹੀਂ ਕੀਤਾ ਗਿਆ ਜਿਸ ਨਾਲ ਕਿਸੇ ਦਾ ਨੁਕਸਾਨ ਹੋਵੇ, ਪਰ ਘਰ ਦੇ ਬਾਹਰ ਜੋ ਸਮਾਨ ਪਿਆ ਸੀ ਤੇ ਜੋ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਉਸ ਨੂੰ ਲੈ ਕੇ ਇਸ ਪਰਿਵਾਰ ਨੇ ਇਤਰਾਜ਼ ਜ਼ਰੂਰ ਜਤਾਇਆ। ਨਾਲ ਹੀ ਉਹਨਾਂ ਨੇ ਇਸ ਔਰਤ ਦਾ ਬਾਈਕਾਟ ਵੀ ਕਰ ਦਿੱਤਾ ਹੈ। ਪੂਰੀ ਗਲੀ ਦੇ ਵਿੱਚ ਰੱਜ ਕੇ ਹੰਗਾਮਾ ਹੋਇਆ। ਤਸਵੀਰਾਂ ਲੁਧਿਆਣਾ ਦੇ ਸ਼ਿਮਲਾਪੁਰੀ ਇਲਾਕੇ ਦੀਆਂ ਨੇ, ਜਿੱਥੋਂ ਦੀ ਰਹਿਣ ਵਾਲੀ ਇਹ ਮਹਿਲਾ ਹੈ ਤੇ ਉਸੇ ਹੀ ਇਲਾਕੇ ਦੇ ਇੱਕ ਘਰ ਦੇ ਬਾਹਰ ਇਸ ਦੇ ਵੱਲੋਂ ਕੁਝ ਸਮੱਗਰੀ ਰੱਖੀ ਗਈ, ਜਿਸ ਤੋਂ ਇਹ ਕਿਹਾ ਜਾ ਰਿਹਾ ਹੈ ਕਿ ਇਸ ਔਰਤ ਦੇ ਵੱਲੋਂ ਟੂਣਾ ਟੋਟਕਾ ਕੀਤਾ ਗਿਆ ਹੈ ਤਾਂ ਕਿ ਕਿਸੇ ਤਰ੍ਹਾਂ ਦਾ ਨੁਕਸਾਨ ਹੋਵੇ। ਹਾਲਾਂਕਿ ਮਹਿਲਾ ਇਸ ਗੱਲ ਤੋਂ ਮੁਕਰ ਰਹੀ ਹੈ, ਪਰ ਫਿਰ ਵੀ ਪਰਿਵਾਰ ਵਾਲਿਆਂ ਵੱਲੋਂ ਇਸ ਔਰਤ ਦੇ ਨਾਲ ਬਾਈਕਾਟ ਕਰ ਦਿੱਤਾ ਗਿਆ ਹੈ। ਗਲੀ ਦੇ ਵਿੱਚ ਕਾਫੀ ਹੰਗਾਮਾ ਵੀ ਹੋਇਆ ਅਤੇ ਇਸ ਵੀਡੀਓ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਵੀ ਕਾਫੀ ਚਰਚਾਵਾਂ ਹੋ ਰਹੀਆਂ ਨੇ, ਕਿਉਂਕਿ ਇਹ ਵੀਡੀਓ ਬੜੀ ਤੇਜ਼ੀ ਨਾਲ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋ ਰਹੀ ਹੈ। ਪਰ ਮੇਰੇ ਕਹਿਣ ਦਾ ਭਾਵ ਇਹ ਹੈ ਕਿ ਤੁਹਾਡੇ ਪਰਿਵਾਰ ਦੀ, ਤੁਹਾਡੀ ਵਾਈਫ, ਤੁਹਾਡੀ ਭੈਣ ਨੂੰ ਮੈਂ ਗਲਤ ਬੋਲਾਂ, ਬੋਲਾਂ ਤੇਰਾ ਮੂੰਹ ਤੋੜ ਦੂੰ, ਸਾਰਾ ਮੱਲਾ ਖੜਾ, ਕੋਈ ਬੰਦਾ ਇੱਕ ਕਹਿ ਦੇ ਕਿ ਆਪਾਂ ਗਲਤ ਆ ਕਰੀਏ ਤਾਂ ਸਾਨੂੰ ਕੋਈ ਬੋਲੇ ਨਾ। ਇਹ ਹੁੰਦਾ ਦੀਦੀ, ਦੇਖੋ ਤੁਹਾਡੇ ਘਰ ਦਾ ਜਿਹੜਾ ਹੁੰਦਾ ਵਾ ਉਹਨਾਂ ਨੂੰ ਮੈਨੂੰ ਕਹਿੰਦੇ ਆ ਐਨਰੋਲ ਡਾਕਟਰ ਮੇਰੇ ਕਹਿੰਦੇ ਨਹੀਂ ਹੋਈ ਤੁਹਾਡੇ ਨਾਲ ਨਾਰਮਲੀ ਮੈਂ ਤੁਹਾਨੂੰ ਪਾ ਕੇ ਦਿੰਦਾ ਕਿ ਠੀਕ ਹੈ ਜੀ, ਆਹੀ ਚਾਹੁੰਦੇ ਹੋ ਆਪਾਂ ਲੋੜ ਨਹੀਂ, ਬਟ ਦੋ ਗੱਲਾਂ ਮੇਰੀਆਂ ਇੱਕ ਗੱਲ ਉਹ ਚੀਜ਼ ਨੂੰ ਮੰਨਾਂਗੀ ਜੇ ਮੈਂ ਨੂੰ ਦੇ ਸੋਚਾਂ ਕਿ ਹਾਂ ਵੀ ਮੇਰਾ ਕੁਝ ਸੁਣਨਾ, ਮੈਂ ਤੁਹਾਨੂੰ ਜਾਣਦੀ ਇੱਕ ਤਰ੍ਹਾਂ ਮੈਂ ਕਿਸੇ ਦਾ ਮਾੜਾ ਕਿਉਂ ਕਰਨਾ, ਦੱਸੋ ਚੱਕਰ ਇਹੀ ਤਾਂ ਹੈ, ਬੰਦਾ ਜਾਣਦਾ ਹੁੰਦਾ ਬੰਦਾ ਗੱਲ ਵੀ ਕਰੇ, ਇੱਕ ਤਾਂ ਬੰਦਾ ਜਾਣਦਾ ਬੰਦਾ ਜਾਣਦਾ ਬੰਦਾ ਨੇ ਕਰਕੇ ਜਾਂਦਾ ਪਿਆ, ਇਹ ਚੀਜ਼ ਦੀ ਵਜ੍ਹਾ ਬੰਦੂ ਤਕਲੀਫ ਹੁੰਦੀ ਹੈ, ਗੱਲ ਤੁਹਾਡੇ ਸਾਹਮਣੇ ਸਾਰਾ ਪਲਾਟ ਪਈ, ਤੁਸੀਂ ਉੱਥੇ ਜੋ ਮਰਜ਼ੀ ਕਰੋ, ਦੇਖੋ ਜੀ ਗੱਲ ਬੋਲਦੇ ਬੱਚੇ ਬਾਹਰ ਨੇ।
ਰਮਨ ਕਿੱਥੇ ਆ? ਨਹੀਂ ਉਹ ਕੋਈ ਦਿੱਕਤ ਨਹੀਂ।